ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਨੇ ਕਲਾਨੌਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੋਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਹਾਰਨ ਤੇ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇੰਦਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਲੋਕਾਂ ਨੇ ਪ੍ਰਧਾਨ ਜਾਖੜ ਨੂੰ ਅਬੋਹਰ ਤੋਂ ਹਰਾਇਆ ਸੀ ਅਤੇ ਹੁਣ ਗੁਰਦਾਸਪੁਰ ਤੋਂ ਹਰਾ ਕੇ ਸਾਬਤ ਕਰ ਦਿੱਤਾ ਹੈ ਕਿ ਲੋਕ ਪੰਜਾਬ ਵਿੱਚ ਕਾਂਗਰਸ ਤੋਂ ਅਸੰਤੁਸ਼ਟ ਹਨ। ਜਿਹੜੀ ਸਨੀ ਦਿਓਲ ਦੀ ਜਿੱਤ ਹੋਈ ਆ, ਇਹ ਜਬਰ ਭ੍ਰਿਸ਼ਟਾਚਾਰ ਔਰ ਲੋਕਾਂ ਦਾ ਜਿਹੜਾ ਇੱਥੋਂ ਦੇ ਲੋਕਾਂ ਦਾ ਜਿਹੜਾ ਇੱਥੋਂ ਦਾ ਮਨਿਸਟਰਾਂ ਦਾ ਅਤੇ ਸਾਰਿਆਂ ਦਾ ਹੰਕਾਰ ਸੀ ਉਹਦੇ ਉਲਟ ਹੋਈ ਆ। ਜੋ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਜੋ ਇਹਨਾਂ ਨੇ ਹੰਕਾਰ ਔਰ ਇੱਥੇ ਜਿਹੜਾ ਜਬਰ ਕੀਤਾ ਲੋਕਾਂ ਦੇ ਉੱਤੇ, ਜਿਹੜੀਆਂ ਧੱਕੇਸ਼ਾਹੀਆਂ 326, 307, 452 ਉਹਦੇ ਉੱਤੇ ਜਿਹੜਾ ਲੋਕਾਂ ਨੇ ਉਹਦਾ ਜਵਾਬ ਦਿੱਤਾ ਵਾ। ਜਿਹੜਾ ਲੋਕਾਂ ਨੇ ਸਾਡੇ ਇੱਥੋਂ ਦੇ ਲੋਕ ਜਿਹੜੇ ਸੀਗੇ ਉਹਨਾਂ ਦਾ ਸਭ ਤੋਂ ਇੱਕ ਵੱਡਾ ਵਿਸ਼ਵਾਸ ਸੀ ਕਿ ਉਹਨਾਂ ਨੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਿਆ ਔਰ ਵਿਸ਼ਵਾਸ ਜਿਹੜਾ ਸੀਗਾ ਉਹਨੂੰ ਉਹਨਾਂ ਨੇ ਵੇਖਦਿਆਂ ਹੋਇਆਂ ਅੱਜ ਲੋਕਾਂ ਨੇ ਉਹਦਾ ਜਵਾਬ ਦੇ ਦਿੱਤਾ ਸੰਵਿਧਾਨ ਦੇ ਮੁਤਾਬਕ। ਸਭ ਤੋਂ ਵੱਡੀ ਜਿਹੜੀ ਇਸ ਹਲਕੇ ਦੇ ਵਿੱਚ ਜਿਹੜੀ ਗੱਲ ਹੋਈ ਆ, ਉਹ ਸਭ ਤੋਂ ਵੱਡੀ ਇਹ ਗੱਲ ਹੋਈ ਆ ਕਿ ਜਿਹੜਾ ਉੱਤੇ ਕਾਂਗਰਸ ਪਾਰਟੀ ਦਾ ਦੇਸ਼ ਦੇ ਵਿੱਚ ਪ੍ਰਧਾਨ ਜਿਹੜਾ ਉਹਨਾਂ ਦਾ ਸੀਗਾ ਕਾਂਗਰਸ ਪਾਰਟੀ ਦਾ, ਉਹ ਉੱਥੇ ਹਾਰ ਗਿਆ ਰਾਹੁਲ ਗਾਂਧੀ, ਥੱਲੇ ਉਹਨਾਂ ਦਾ ਸਟੇਟ ਦਾ ਪ੍ਰਧਾਨ ਜਿਹੜਾ ਸੀ ਉਹ ਹਾਰ ਗਿਆ ਇੱਥੇ। ਸੋ ਇਸ ਕਰਕੇ ਇਹਨਾਂ ਨੂੰ ਤਾਂ ਵੈਸੇ ਹੀ ਹੁਣ ਵੇਖ ਲੈਣਾ ਚਾਹੀਦਾ ਵੀ ਇਹਨਾਂ ਦੇ ਹੁਣ ਪੱਲੇ ਕੁਛ ਨਹੀਂ ਹੈਗਾ, ਇਹ ਆਪਣਾ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਬਹਿ ਕੇ ਆਰਾਮ ਕਰਨ। ਅਤੇ ਜਿਹੜੀ ਲੋਕਾਂ ਨੇ ਨਰਿੰਦਰ ਮੋਦੀ ਨੂੰ ਉਹਦੇ ਕੰਮਾਂ ਨੂੰ ਵੇਖਦਿਆਂ ਹੋਇਆਂ, ਨਰਿੰਦਰ ਮੋਦੀ ਨੂੰ ਉਹਨਾਂ ਨੇ ਉਹਦਾ ਜੋ ਉਹਨਾਂ ਨੇ ਪਿੱਛੇ ਕੰਮ ਕੀਤੇ ਸੀਗੇ ਉਹਦੇ ਉੱਤੇ ਵੇਖਦਿਆਂ ਹੋਇਆਂ, ਔਰ ਜੋ ਇਹਨਾਂ ਲੋਕਾਂ ਨੇ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਦੇ ਉੱਤੇ ਜਿਹੜਾ ਤਸ਼ੱਦਦ ਔਰ ਜਿੰਨਾ ਇਹਨਾਂ ਨੇ ਭ੍ਰਿਸ਼ਟਾਚਾਰ ਕੀਤੀ ਆ, ਉਸ ਭ੍ਰਿਸ਼ਟਾਚਾਰ ਦਾ ਜਿਹੜਾ ਜਵਾਬ ਸੀਗਾ ਲੋਕਾਂ ਨੇ ਉਹਦਾ ਸਾਰਿਆਂ ਨੇ ਦੇ ਕੇ ਔਰ ਨਰਿੰਦਰ ਮੋਦੀ ਦੇ ਉੱਥੇ ਉਹਨਾਂ ਨੇ ਹੱਥ ਮਜ਼ਬੂਤ ਕੀਤੇ ਆ। ਇਸੇ ਤਰ੍ਹਾਂ ਸਨੀ ਦਿਓਲ ਜਿਹੜੇ ਆਏ ਇੱਥੇ ਸਾਡੇ ਨਵੇਂ ਕੈਂਡੀਡੇਟ ਨੇ, ਲੇਕਿਨ ਉਹਨਾਂ ਨੇ ਬੜਾ ਵਧੀਆ ਅਤੇ ਸਪਸ਼ਟ ਗੱਲ ਕੀਤੀ ਆ ਤੁਹਾਡੇ, ਤੁਸੀਂ ਜਦੋਂ ਸਾਰਿਆਂ ਪ੍ਰੈਸ ਵਾਲਿਆਂ ਉਹਨਾਂ ਨੂੰ ਸਵਾਲ ਪੁੱਛੇ ਆ, ਉਸ ਸਵਾਲ ਦੇ ਵਿੱਚ ਉਹਨੇ ਇੱਕੋ ਗੱਲ ਕਹੀ ਆ ਕਿ ਮੈਂ ਬਣ ਕੇ ਫਿਰ ਤੁਹਾਨੂੰ ਸਾਰੇ ਜਵਾਬ ਦਿਆਂਗਾ। ਉਹਨਾਂ ਨੇ ਕੱਲ੍ਹ ਤੁਹਾਨੂੰ ਜਵਾਬ ਦਿੱਤੇ ਵੀ ਆ ਕੁਛ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੇ ਜੋ ਜੋ ਉਹਨਾਂ ਦੇ ਕੋਲ ਹੋਏਗਾ ਉਹ ਸਿਰਫ ਉਹਨਾਂ ਨੇ ਸਾਡੇ ਹਲਕੇ ਦੇ ਵਿੱਚ ਰਹਿਣਾ, ਕੋਠੀ ਉਹਨਾਂ ਨੇ ਲੈ ਲਈ ਆ ਦੋਵਾਂ ਥਾਵਾਂ ਦੇ ਉੱਤੇ, ਇੱਥੇ ਰਹਿ ਕੇ ਉਹਨਾਂ ਨੇ ਸਾਰਾ ਕੁਛ ਇੱਥੇ ਕਰਕੇ ਉਹ ਇਸ ਹਲਕੇ ਦੇ ਨਾਲ ਜੁੜ ਕੇ ਰਹਿਣਗੇ, ਔਰ ਤੁਹਾਨੂੰ ਜਿਹੜੇ ਜਿਹੜੇ ਵੀ ਕੰਮ ਹੋਣਗੇ ਉਹ ਸਾਰੇ ਤੁਹਾਡੇ ਕਰਵਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਚੀਜ਼ਾਂ ਲੈ ਕੇ ਇਸ ਹਲਕੇ ਨੂੰ ਜਿਹੜਾ ਹੈਗਾ ਉਹ ਬੁਲੰਦੀਆਂ 'ਤੇ ਪਹੁੰਚਾਉਣਗੇ। ਜਾਖੜ ਸਾਹਿਬ ਦੇ ਬਾਰੇ ਵਿੱਚ ਮੈਂ ਇਹੋ ਕਹੂੰਗਾ ਕਿ ਜਾਖੜ ਸਾਹਿਬ ਨੇ ਹੁਣ ਹਾਰ ਗਏ ਨੇ, ਆਪਣਾ ਅਸਤੀਫਾ ਦੇਣ ਚੁੱਪ ਕਰਕੇ, ਜੋ ਪਿਛਲੀ ਪਰੰਪਰਾ ਵਾ ਜਿਹੜੀ ਕਾਂਗਰਸ ਦੀ ਚੱਲੀ ਆਉਣ ਡਈ ਆ ਵੀ ਜਿਹੜਾ ਵੀ ਕੋਈ ਪ੍ਰਧਾਨ ਹਾਰ ਜਾਂਦਾ ਹੁੰਦਾ ਉਹ ਪ੍ਰਧਾਨ ਆਪਣਾ ਅਸਤੀਫਾ ਦੇ ਕੇ ਆਪਣੇ ਘਰ ਬਹਿੰਦਾ ਵਾ, ਇਹਨਾਂ ਨੂੰ ਚਾਹੀਦਾ ਹੁਣ ਜਾ ਕੇ ਆਪਣਾ ਉੱਥੇ ਅਬੋਹਰ ਦੇ ਵਿੱਚ ਬਾਗ ਉਹਨਾਂ ਦਾ ਹੈਗਾ ਵਾ, ਪਹਿਲਾਂ ਉਹਨਾਂ ਨੇ ਇੱਥੋਂ ਉਹਨਾਂ ਨੂੰ ਹਰਾਤਾ ਅਬੋਹਰ ਵਾਲਿਆਂ ਹਰਾਇਆ ਸੀਗਾ 2 ਵਾਰੀ, ਹੁਣ ਸਾਡਿਆਂ ਨੇ ਹਰਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਬਣਾ ਕੇ ਭੇਜ ਦਿੱਤਾ, ਹੁਣ ਠੰਡੇ ਥਾਂ ਦੇ ਉੱਤੇ ਬਾਗ ਦੇ ਵਿੱਚ ਵਿਆਹ ਕਰਨ, ਆਪਣੇ ਕਿਨੂਆਂ ਦੇ ਵਿੱਚ ਉੱਥੇ ਜਾ ਕੇ ਠੰਡੇ ਥਾਂ ਦੇ ਉੱਤੇ ਆਰਾਮ ਲਿਆ ਕਰਿਆ ਕਰਨ, ਹੁਣ ਜਾ ਕੇ ਲੋਕਾਂ ਦਾ ਵੀ ਖਹਿੜਾ ਛੱਡਣ ਅਤੇ ਜਿਹੜਾ ਹੈਗਾ ਬਾਕੀ ਜਨਤਾ ਦਾ ਵੀ ਖਹਿੜਾ ਛੱਡਣ। ਉਹ ਤਾਂ ਉਹਨਾਂ ਨੇ ਜੋ ਕਹਿਣਾ ਸੀ ਉਹਨਾਂ ਮਖੌਲ ਨਾਲ ਕਹਿਣਾ ਸੀ ਉਹਨਾਂ ਕਰਕੇ ਦੱਸ ਦਿੱਤਾ, ਉਹਨਾਂ ਦੱਸ ਦਿੱਤਾ ਵੀ ਇਹ ਵਿਚਾਰਾ ਮੁੱਖ ਮੰਤਰੀ ਬਣਨ ਨੂੰ ਫਿਰਦਾ ਸੀ, ਅਗਲਿਆਂ ਲੋਕਾਂ ਨੇ ਮੁੱਖ ਮੰਤਰੀ ਬਣਾ ਕੇ ਉਹਨੂੰ ਭੇਜ ਦਿੱਤਾ, ਇਹ ਉਹਨਾਂ ਦਾ ਜਵਾਬ ਸੀ ਉਹ ਕੈਪਟਨ ਸਾਹਿਬ ਨੇ ਕਰ ਦਿੱਤਾ ਉਹਨਾਂ ਨੂੰ ਵੀ ਜਿਹੜਾ ਮੁੱਖ ਮੰਤਰੀ ਬਣਦਾ ਫਿਰਦਾ ਸੀ ਉਹੀ ਤੋਰਤਾ, ਦੋ ਬੰਦੇ ਮੁੱਖ ਮੰਤਰੀ ਬਣਦੇ ਫਿਰਦੇ ਸੀ, ਇੱਕ ਇਹ ਬਣਦਾ ਫਿਰਦਾ ਸੀ, ਇੱਕ ਸਿੱਧੂ ਬਣਦਾ ਫਿਰਦਾ ਸੀ, ਦੋਵੇਂ ਬਣ ਗਏ। ਸੋ ਇਸ ਕਰਕੇ ਤਾਂ ਉਹਨਾਂ ਦੀ ਇੱਕ ਹਾਸੇ ਹੋਣੀ ਗੱਲ ਸੀਗੀ, ਉਹ ਜਿਹੜੀ ਹੈਗੀ ਉਹ ਕੱਲ੍ਹ ਉਹਨਾਂ ਦੀ ਖਤਮ ਹੋ ਗਈ। ਚੀਜ਼ ਦਾ ਜਵਾਬ ਦਿੱਤਾ ਕਿ ਸਭ ਤੋਂ ਵੱਡਾ ਇੱਕ ਜਿਹੜਾ ਸੀਗਾ ਉਹ ਇਹ ਸੀਗਾ ਕਿ ਲੋਕਾਂ ਦੇ ਉੱਤੇ ਜਿਹੜਾ ਇਹਨਾਂ ਨੇ ਧੱਕਾ ਕੀਤਾ, ਹਰ ਥਾਂ ਦੇ ਉੱਤੇ ਜਬਰ ਕੀਤਾ ਉਹਨਾਂ ਨੇ, ਔਰ ਉਹਨਾਂ ਨੂੰ 326, 307 ਸਾਰੇ ਪੰਜਾਬ ਤੋਂ ਵੱਧ ਸਾਡੇ ਹਲਕੇ ਦੇ ਵਿੱਚ 326, 307, 452 ਬਣੀਆਂ ਨੇ। ਜਿਹੜੇ ਜਿਹੜੇ ਜਿੱਥੇ ਜਿੱਥੇ ਕਤਲ ਹੋਏ ਆ ਉਹਨਾਂ ਦੇ ਅੱਜ ਤੱਕ ਕਤਲ ਨਹੀਂ, ਸਾਰਿਆਂ ਦੇ ਬਹੁਤਿਆਂ ਦੇ ਫੜੇ ਗਏ। ਔਰ ਜਿਹੜੇ ਦੂਸਰੇ ਪਾਸੇ ਆੜੀਆਂ ਹੁਣ ਜਿਹੜੀਆਂ ਸਰਪੰਚੀਆਂ ਹੋਈਆਂ ਨੇ, ਸਭ ਤੋਂ ਵੱਡਾ ਕਹਾਣ ਜਿਹੜਾ ਸੀਗਾ ਉਹ ਸਰਪੰਚੀਆਂ ਦੇ ਵਿੱਚ ਹੋਇਆ, ਔਰ ਲੋਕਾਂ ਨੇ ਉਸ ਜਿਹੜਾ ਹੈਗਾ ਸੀਗਾ ਸਾਡਾ ਜਿਹੜਾ ਹੈਗਾ ਜਦੋਂ ਸਰਪੰਚੀਆਂ ਦੇ ਵਿੱਚ ਜਿਹੜਾ ਜਿਹੜਾ ਉਹਨਾਂ ਨੂੰ ਵਿਚਾਰਿਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ, ਉਹਦਾ ਵੋਟ ਦਾ ਅਧਿਕਾਰ ਉਹਨਾਂ ਨੇ ਆਪਣਾ ਵਿਖਾ ਕੇ ਕਰਕੇ ਦਿਖਾ ਦਿੱਤਾ ਕਿ ਐਕਚੁਲੀ ਵੋਟ ਦਾ ਅਧਿਕਾਰ ਆ ਕੀ ਆ। ਜਿਹੜੇ ਜਿਹੜੇ ਲੋਕਾਂ ਕੋਲੋਂ ਪੈਸੇ ਲਏ ਗਏ ਤਕਰੀਬਨ ਜਿੰਨੇ ਵੀ ਹੋਏ ਉਹਨਾਂ ਦੇ 95% ਲੋਕਾਂ ਕੋਲੋਂ ਪੈਸੇ ਲੈ ਕੇ ਸਰਪੰਚੀਆਂ ਦਿੱਤੀਆਂ ਗਈਆਂ, ਲੋਕਾਂ ਨੇ ਉਹਦਾ ਜਵਾਬ ਦੇ ਦਿੱਤਾ।